सीसीटीवी कैमरे लगे ने शहर ਦੇ ਵਿੱਚ ਕਿੰਨੇ ਸੀਸੀਟੀਵੀ ਕੈਮਰੇ ਲਗੇ ਨੇ ਇਹ ਸੇਫ ਸਿਟੀ ਪ੍ਰੋਜੈਕਟ ਦੇ ਵਿੱਚ 202 ਕੈਮਰੇ ਲਗਾਏ ਗਏ ਸੀ ਜਿਨ੍ਹਾਂ ਦਾ ਕੰਟਰੋਲ ਰੂਮ ਇਸ ਟਾਈਮ ਪੁਲਿਸ ਲੈਣ ਲਾਂਸ ਰੋਡ ਤੇ ਬਣਿਆ ਹੋਇਆ ਇਹਦੇ ਵਿੱਚ ਕੁਝ ਕੈਮਰੇ ਡੈਮੇਜ ਨੇ ਬਾਕੀ ਕੈਮਰੇ ਵਰਕਿੰਗ ਕੰਮ ਕਰ ਰਹੇ ਨੇ 5-6 ਕੈਮਰੇ ਡੈਮੇਜ ਹੋਏ ਨੇ ਖਰਾਬ ਹੋ ਗਏ ਸੀ ਬਾਕੀ ਕੈਮਰੇ ਚੱਲ ਰਹੇ ਨੇ ਸਰ ਕੈਮਰਿਆਂ ਨਾਲ ਕਿੰਨਾ ਕੁ ਫਰਕ ਪਿਆ ਹੈ ਕਿ ਪਹਿਲੇ ਜਿਹੜੇ ਕ੍ਰਾਈਮ ਹੁੰਦੇ ਸੀ ਉਹਨਾਂ ਦੇ ਵਿੱਚ ਤੇ ਜਿਹੜੇ ਹੁਣ ਕੈਮਰੇ ਲੱਗਣ ਤੋਂ ਬਾਅਦ ਕਿਤੇ ਚੋਰਾਂ ਨੂੰ ਵੀ ਜਾਂ ਜਿੱਥੇ ਕ੍ਰਾਈਮ ਜਿੱਥੇ ਹੁੰਦਾ ਉਹਨਾਂ ਨੂੰ ਵੀ ਇਹਦਾ ਕੋਈ ਡਰ ਖੋਫ ਲੱਗਿਆ ਕਿ ਕੈਮਰੇ ਨੂੰ ਦੇਖ ਕੇ ਲੋਕ ਕਿਤੇ ਨਾ ਕਿਤੇ ਭੱਜਦੇ ਨੇ ਬਿਲਕੁਲ ਜੀ ਬਹੁਤ ਜ਼ਿਆਦਾ ਫਰਕ ਪੈਂਦਾ ਵਾ ਜਿੱਥੇ ਜਿੱਥੇ ਕੈਮਰੇ ਲੱਗੇ ਅਸੀਂ ਉੱਥੇ ਬੋਰਡ ਲਵਾਏ ਅਸੀਂ ਤੁਸੀਂ ਸੀਸੀਟੀਵੀ ਕੈਮਰੇ ਨਿਗਰਾਨੀ ਹੇਠ ਹੋ ਉਹ ਜਦੋਂ ਕਿਸੇ ਕ੍ਰਿਮੀਨਲ ਵਿਅਕਤੀ ਨੂੰ ਪਤਾ ਲੱਗਦਾ ਵੀ ਬੋਰਡ ਲੱਗਾ ਵਾ ਇੱਥੇ ਕੈਮਰਾ ਲੱਗਾ ਤਾਂ ਉਹ ਕ੍ਰਾਈਮ ਨਹੀਂ ਕਰਦਾ ਉਹ ਡਰ ਜਾਂਦਾ ਵੀ ਮੇਰੀ ਜਿਹੜੀ ਚੋਰੀ ਆ ਜਾਂ ਮੈਂ ਕ੍ਰਾਈਮ ਕਰੂੰਗਾ ਤਾਂ ਕੈਮਰੇ ਵਿੱਚ ਕੈਦ ਹੋ ਜਾਏਗਾ ਜਿਵੇਂ ਕਿ ਲਾਂਸ ਰੋਡ ਤੇ ਡਾਕਟਰ ਸ਼ਿਵੰਗੀ ਦੇ ਘਰ ਚੋਰੀ ਹੋਈ ਸੀ ਉਹ ਅਸੀਂ ਸੀਸੀਟੀਵੀ ਕੈਮਰੇ ਜਿਹੜੇ ਇਹ ਕੈਮਰੇ ਲੱਗੇ ਇਹਨਾਂ ਕੈਮਰਿਆਂ ਦੇ ਰਾਹੀਂ ਉਹ ਚੋਰੀ ਜਿਹੜੀ ਟਰੇਸ ਕੀਤੀ ਸੀ ਸਰ ਇਸ ਤੋਂ ਇਲਾਵਾ ਹੋਰ ਕਿੰਨੀਆਂ ਕਿ ਚੋਰੀਆਂ ਕਿੰਨੇ ਕਿ ਕ੍ਰਾਈਮ ਇਸ ਕੈਮਰਿਆਂ ਦੇ ਨਾਲ ਤੁਸੀਂ ਟਰੇਸ ਕਰ ਚੁੱਕੇ ਹੋ ਤਕਰੀਬਨ ਬਹੁਤ ਸਾਰੇ ਜਿਹੜੇ ਕ੍ਰਾਈਮ ਨੇ ਸਾਡੇ ਸਨੈਚਿੰਗ ਜਿਹੜੀ ਜ਼ਿਆਦਾਤਰ ਹੁੰਦੀ ਆ ਮੋਟਰਸਾਈਕਲ ਸਾਡੇ ਇੱਕ ਚੋਰੀ ਆਇਆ ਸੀ ਅਸੀਂ ਇਸੇ ਸੀਸੀਟੀਵੀ ਕੈਮਰੇ ਜੋ ਟਰੇਸ ਕੀਤਾ ਹੈ ਕਿਉਂਕਿ ਹਾਈ ਡੈਫੀਨੇਸ਼ਨ ਕੈਮਰੇ ਆ ਬਹੁਤ ਵਧੀਆ ਕੁਆਲਿਟੀ ਦੇ ਕੈਮਰੇ ਆ ਨੰਬਰ ਪਲੇਟ ਤੱਕ ਪੜ ਲੈਂਦੇ ਸਾਫ਼ ਚਿਹਰਾ ਆ ਜਾਂਦਾ ਵਾ ਇਸ ਕਰਕੇ ਸਾਡਾ ਕ੍ਰਾਈਮ ਵੀ ਬੜਾ ਕੰਟਰੋਲ ਹੋਇਆ ਵਾ ਤੇ ਅਸੀਂ ਟਰੇਸ ਵੀ ਬਹੁਤ ਕੀਤਾ ਇਹਨਾਂ ਕੈਮਰੇ ਦੀ ਮਦਦ ਨਾਲ ਸਰ ਕਿਹੜੇ ਕਿਹੜੇ ਇਲਾਕੇ ਨੇ ਜਿਹੜੇ ਖਾਸ ਹੈ ਕੈਮਰਿਆਂ ਤੋਂ ਬਾਅਦ ਤੁਹਾਨੂੰ ਹਾਈਲਾਈਟ ਲੱਗੇ ਨੇ ਕਿ ਇਹ ਵਾਲੇ ਇਲਾਕਿਆਂ 'ਚ ਕ੍ਰਾਈਮ ਜ਼ਿਆਦਾ ਵਾ ਜਿਵੇਂ ਸਾਡਾ ਸਿਵਲ ਲਾਈਨ ਦਾ ਏਰੀਆ ਜੀ ਲਾਂਸ ਰੋਡ ਆ ਮਾਰ ਰੋਡ ਆ ਕਵੀਨਜ ਰੋਡ ਆ ਗ੍ਰੀਨ ਐਵਨਿਊ ਆ ਬਸੰਤ ਐਵਨਿਊ ਆ ਮਜੀਠਾ ਰੋਡ ਆ ਕਾਲਾ ਮਲਾ ਚੌਂਕ ਆ 4S ਚੌਂਕ ਆ ਇਹ ਇਹਨਾਂ ਚੌਂਕਾਂ 'ਚ ਕੈਮਰੇ ਲੱਗੇ ਨੇ ਜ਼ਿਆਦਾ ਸੈਂਸਟਿਵ ਪੁਆਇੰਟ ਵੀ ਸਾਡੇ ਹੋਏ ਨੇ ਉੱਥੇ ਕੈਮਰੇ ਪੂਰੇ ਕੰਮ ਕਰ ਰਹੇ ਨਹੀਂ ਨਹੀਂ ਮੈਂ ਕਹਿ ਰਿਹਾ ਕਿ ਜਿਸ ਤਰ੍ਹਾਂ ਇਹ ਵਾਲੇ ਕੈਮਰਿਆਂ ਦੇ ਜਿੱਥੇ ਇਲਾਕੇ 'ਚ ਕੈਮਰੇ ਲੱਗੇ ਨੇ ਜੋ 'ਚ ਜਿਵੇਂ ਸਾਨੂੰ ਸਾਡੇ ਵੈਸੇ ਕ੍ਰਾਈਮ ਜਦੋਂ ਰਜਿਸਟਰਡ ਹੁੰਦਾ ਸਾਨੂੰ ਪਤਾ ਹੁੰਦਾ ਸਾਡੇ ਕਿਹੜੇ ਏਜ ਕ੍ਰਾਈਮ ਜ਼ਿਆਦਾ ਜਿਵੇਂ ਸਦਾ ਸਦਰ ਦੇ 88 ਫੁੱਟ ਏਰੀਆ 'ਚ ਕ੍ਰਾਈਮ ਹੋ ਰਿਹਾ ਵਾ ਸਾਡਾ ਮਾਰ ਰੋਡ ਹੈ ਕੰਪਨੀ ਬਾਗ ਦੇ ਅੰਦਰ ਵੀ ਕਚੋਰੀ ਹੁੰਦੇ ਨੇ ਕਚਹਿਰੀ ਦੇ ਅੰਦਰ ਹੁੰਦੇ ਨੇ ਇਹ ਸਰ ਕੋਈ ਵੈਸੇ ਫਿਕਰ ਹੁੰਦੀ ਵੀ ਸਾਡੇ ਇਲਾਕੇ ਕਿਹੜੇ 'ਚ ਕ੍ਰਾਈਮ ਜ਼ਿਆਦਾ ਹੋ ਰਿਹਾ ਸੀਸੀਟੀਵੀ ਕੈਮਰੇ ਲੱਗੇ ਨੇ ਸ਼ਹਿਰ ਦੇ ਵਿੱਚ ਕਿੰਨੇ ਸੀਸੀਟੀਵੀ ਕੈਮਰੇ ਲੱਗੇ ਨੇ ਇਹ ਸੇਫ ਸਿਟੀ ਪ੍ਰੋਜੈਕਟ ਦੇ ਵਿੱਚ 202 ਕੈਮਰੇ ਲਗਾਏ ਗਏ ਸੀ ਜਿਨ੍ਹਾਂ ਦਾ ਕੰਟਰੋਲ ਰੂਮ ਇਸ ਟਾਈਮ ਪੁਲਿਸ ਲੈਣ ਲਾਂਸ ਰੋਡ ਤੇ ਬਣਿਆ ਹੋਇਆ ਵਾ ਇਹਦੇ ਵਿੱਚ ਕੁਝ ਕੈਮਰੇ ਡੈਮੇਜ ਨੇ ਬਾਕੀ ਕੈਮਰੇ ਵਰਕਿੰਗ ਕੰਮ ਕਰ ਰਹੇ ਨੇ 5-6 ਕੈਮਰੇ ਡੈਮੇਜ ਹੋਏ ਨੇ ਖਰਾਬ ਹੋ ਗਏ ਸੀ ਬਾਕੀ ਕੈਮਰੇ ਚੱਲ ਰਹੇ ਨੇ ਸਰ ਕੈਮਰਿਆਂ ਨਾਲ ਕਿੰਨਾ ਕੁ ਫਰਕ ਪਿਆ ਹੈ ਕਿ ਪਹਿਲੇ ਜਿਹੜੇ ਕ੍ਰਾਈਮ ਹੁੰਦੇ ਸੀ ਉਹਨਾਂ ਦੇ ਵਿੱਚ ਤੇ ਜਿਹੜੇ ਹੁਣ ਕੈਮਰੇ ਲੱਗਣ ਤੋਂ ਬਾਅਦ ਕਿਤੇ ਚੋਰਾਂ ਨੂੰ ਵੀ ਜਾਂ ਜਿੱਥੇ ਕ੍ਰਾਈਮ ਜਿੱਥੇ ਹੁੰਦਾ ਉਹਨਾਂ ਨੂੰ ਵੀ ਇਹਦਾ ਕੋਈ ਡਰ ਖੋਫ ਲੱਗਿਆ ਕਿ ਕੈਮਰੇ ਨੂੰ ਦੇਖ ਕੇ ਲੋਕ ਕਿਤੇ ਨਾ ਕਿਤੇ ਭੱਜਦੇ ਨੇ ਬਿਲਕੁਲ ਜੀ ਬਹੁਤ ਜ਼ਿਆਦਾ ਫਰਕ ਪੈਂਦਾ ਵਾ ਜਿੱਥੇ ਜਿੱਥੇ ਕੈਮਰੇ ਲੱਗੇ ਅਸੀਂ ਉੱਥੇ ਬੋਰਡ ਲਵਾਏ ਅਸੀਂ ਤੁਸੀਂ ਸੀਸੀਟੀਵੀ ਕੈਮਰੇ ਨਿਗਰਾਨੀ ਹੇਠ ਹੋ ਉਹ ਜਦੋਂ ਕਿਸੇ ਕ੍ਰਿਮੀਨਲ ਵਿਅਕਤੀ ਨੂੰ ਪਤਾ ਲੱਗਦਾ ਵੀ ਬੋਰਡ ਲੱਗਾ ਵਾ ਇੱਥੇ ਕੈਮਰਾ ਲੱਗਾ ਤਾਂ ਉਹ ਕ੍ਰਾਈਮ ਨਹੀਂ ਕਰਦਾ ਉਹ ਡਰ ਜਾਂਦਾ ਵੀ ਮੇਰੀ ਜਿਹੜੀ ਚੋਰੀ ਆ ਜਾਂ ਮੈਂ ਕ੍ਰਾਈਮ ਕਰੂੰਗਾ ਤਾਂ ਕੈਮਰੇ ਵਿੱਚ ਕੈਦ ਹੋ ਜਾਏਗਾ ਜਿਵੇਂ ਕਿ ਲਾਂਸ ਰੋਡ ਤੇ ਡਾਕਟਰ ਸ਼ਿਵੰਗੀ ਦੇ ਘਰ ਚੋਰੀ ਹੋਈ ਸੀ ਉਹ ਅਸੀਂ ਸੀਸੀਟੀਵੀ ਕੈਮਰੇ ਜਿਹੜੇ ਇਹ ਕੈਮਰੇ ਲੱਗੇ ਇਹਨਾਂ ਕੈਮਰਿਆਂ ਦੇ ਰਾਹੀਂ ਉਹ ਚੋਰੀ ਜਿਹੜੀ ਟਰੇਸ ਕੀਤੀ ਸੀ ਸਰ ਇਸ ਤੋਂ ਇਲਾਵਾ ਹੋਰ ਕਿੰਨੀਆਂ ਕਿ ਚੋਰੀਆਂ ਕਿੰਨੇ ਕਿ ਕ੍ਰਾਈਮ ਇਸ ਕੈਮਰਿਆਂ ਦੇ ਨਾਲ ਤੁਸੀਂ ਟਰੇਸ ਕਰ ਚੁੱਕੇ ਹੋ ਤਕਰੀਬਨ ਬਹੁਤ ਸਾਰੇ ਜਿਹੜੇ ਕ੍ਰਾਈਮ ਨੇ ਸਾਡੇ ਸਨੈਚਿੰਗ ਜਿਹੜੀ ਜ਼ਿਆਦਾਤਰ ਹੁੰਦੀ ਆ ਮੋਟਰਸਾਈਕਲ ਸਾਡੇ ਇੱਕ ਚੋਰੀ ਆਇਆ ਸੀ ਅਸੀਂ ਇਸੇ ਸੀਸੀਟੀਵੀ ਕੈਮਰੇ ਜੋ ਟਰੇਸ ਕੀਤਾ ਹੈ ਕਿਉਂਕਿ ਹਾਈ ਡੈਫੀਨੇਸ਼ਨ ਕੈਮਰੇ ਆ ਬਹੁਤ ਵਧੀਆ ਕੁਆਲਿਟੀ ਦੇ ਕੈਮਰੇ ਆ ਨੰਬਰ ਪਲੇਟ ਤੱਕ ਪੜ ਲੈਂਦੇ ਸਾਫ਼ ਚਿਹਰਾ ਆ ਜਾਂਦਾ ਵਾ ਇਸ ਕਰਕੇ ਸਾਡਾ ਕ੍ਰਾਈਮ ਵੀ ਬੜਾ ਕੰਟਰੋਲ ਹੋਇਆ ਵਾ ਤੇ ਅਸੀਂ ਟਰੇਸ ਵੀ ਬਹੁਤ ਕੀਤਾ ਇਹਨਾਂ ਕੈਮਰੇ ਦੀ ਮਦਦ ਨਾਲ ਸਰ ਕਿਹੜੇ ਕਿਹੜੇ ਇਲਾਕੇ ਨੇ ਜਿਹੜੇ ਖਾਸ ਹੈ ਕੈਮਰਿਆਂ ਤੋਂ ਬਾਅਦ ਤੁਹਾਨੂੰ ਹਾਈਲਾਈਟ ਲੱਗੇ ਨੇ ਕਿ ਇਹ ਵਾਲੇ ਇਲਾਕਿਆਂ 'ਚ ਕ੍ਰਾਈਮ ਜ਼ਿਆਦਾ ਵਾ ਜਿਵੇਂ ਸਾਡਾ ਸਿਵਲ ਲਾਈਨ ਦਾ ਏਰੀਆ ਜੀ ਲਾਂਸ ਰੋਡ ਆ ਮਾਰ ਰੋਡ ਆ ਕਵੀਨਜ ਰੋਡ ਆ ਗ੍ਰੀਨ ਐਵਨਿਊ ਆ ਬਸੰਤ ਐਵਨਿਊ ਆ ਮਜੀਠਾ ਰੋਡ ਆ ਕਾਲਾ ਮਲਾ ਚੌਂਕ ਆ 4S ਚੌਂਕ ਆ ਇਹ ਇਹਨਾਂ ਚੌਂਕਾਂ 'ਚ ਕੈਮਰੇ ਲੱਗੇ ਨੇ ਜ਼ਿਆਦਾ ਸੈਂਸਟਿਵ ਪੁਆਇੰਟ ਵੀ ਸਾਡੇ ਹੋਏ ਨੇ ਉੱਥੇ ਕੈਮਰੇ ਪੂਰੇ ਕੰਮ ਕਰ ਰਹੇ ਨਹੀਂ ਨਹੀਂ ਮੈਂ ਕਹਿ ਰਿਹਾ ਕਿ ਜਿਸ ਤਰ੍ਹਾਂ ਇਹ ਵਾਲੇ ਕੈਮਰਿਆਂ ਦੇ ਜਿੱਥੇ ਇਲਾਕੇ 'ਚ ਕੈਮਰੇ ਲੱਗੇ ਨੇ ਜੋ 'ਚ ਜਿਵੇਂ ਸਾਨੂੰ ਸਾਡੇ ਵੈਸੇ ਕ੍ਰਾਈਮ ਜਦੋਂ ਰਜਿਸਟਰਡ ਹੁੰਦਾ ਸਾਨੂੰ ਪਤਾ ਹੁੰਦਾ ਸਾਡੇ ਕਿਹੜੇ ਏਜ ਕ੍ਰਾਈਮ ਜ਼ਿਆਦਾ ਜਿਵੇਂ ਸਦਾ ਸਦਰ ਦੇ 88 ਫੁੱਟ ਏਰੀਆ 'ਚ ਕ੍ਰਾਈਮ ਹੋ ਰਿਹਾ ਵਾ ਸਾਡਾ ਮਾਰ ਰੋਡ ਹੈ ਕੰਪਨੀ ਬਾਗ ਦੇ ਅੰਦਰ ਵਹੀਕਲ ਚੋਰੀ ਹੁੰਦੇ ਨੇ ਕਚਹਿਰੀ ਦੇ ਅੰਦਰ ਹੁੰਦੇ ਨੇ ਇਹ ਸਰ ਕੋਈ ਵੈਸੇ ਫਿਕਰ ਹੁੰਦੀ ਸਾਡੇ ਇਲਾਕੇ ਕਿਹੜੇ 'ਚ ਕ੍ਰਾਈਮ ਜ਼ਿਆਦਾ ਹੋ ਰਿਹਾ